बिस्मिल्लाह रहमान रहीम अस्सलाम वालेकुम अहमद हतावर मिल कहना तुम ठीक हो गए भाई यार लोहड़ी वाला टाइम जे तो हम चले हैं सियालकोट एयरपोर्ट से जरा साढ़े महल का ही मुंडा मानी मेरा यार है तो वह बहरों आन डेन लैन चले हैं अबो ने राणी ने बहर कड़ लिया राणी तो बह के चले हैं एयरपोर्ट पहला अबो हाँ कल प्लैन ही अबो लैन चले हैं मैं चलो मैं ब्लॉग बना लेना सियालकोट एयरपोर्ट मैं कभी नहीं गया मैं चलो सियालकोट एयरपोर्ट भी आने एक मिनट आ की करना मुंडे दी होंदी लत लड़ने यार लैन मुंडा बाहरों आने लैन मुंडे नूं चले दंदे भी राज तुम भी नाल चले पर सियालकोट संबरेआल एयरपोर्ट च मानी नू हाँ चाचू रहमत किन्ने बजे फ्लैट वाला फ्लैट अंधेरे जी पांच बजे आ जाना एयरपोर्ट ते हो पांच बजे तू मैं जी ठीक है नौकर की तो नखरा की जनाब सीधा मारा तू काम है फिर जल्दी व्याह भी खाना बोटियां खानियां ने चाचा हूं पानी जम्मू होने लग पे बाकी जाना हूं मेन रोड चढ़ गए मोहब्बत सलान के पर गए कर दिन दात्री दंदे चाचू नु पूरा याद भी दात्री दंदे कढ़ाने जो पूरा दुकान सामने ला पड़े पहला दात्री दंदे कढ़ाने फिर एयरपोर्ट जाना है हूँ चाची होरी दात्री दंदे कढ़ाने गए सामने दुकान दंदे जिते कर दे हाँ भाई निकल गए दंदे सही हो गया निकल गए ओके लो चाचा जी परेशान हेलो जार अपना भाई जार अपना हथियार फड़ो पहला चाचे ने दंदिया दात्री कढ़ा लीए तो हम चलीए बना जाओ भाई उन्हें दंदे कट के उन्होंने दंदे कट के एवं दिते नहीं सुना कम हों मचे एयरपोर्ट ना बढ़ते हथियार ना ले जाते बहुत चाचा तो मेरे पोड़ ना बरने क्या उठे बंदे बड़े ने अपने अच्छा चलो जेल आंदे सपुर्द बंदे ने लाना है पठेरे सोच के आए भाई चाचा जी की क्या दर्द बारा क्या गंडे आना है कान माया तो तुप्पे सड़ जावांगा तो जिम्मेदार ना बाण माया गल सच्ची डूंगी गल ले समझ लगी पर गल डूंगी गल वाले दी यार कोई गल करदा धक्के देंदे ने लोग नंगलिया नूं सब दसा जिथे रहा तुलदा खुडा पैनिया ने उस मकान अंदर तख्त पातशाह जिथे रहा करता उल्लू बोलने ने उस मकान अंदर एवं फिरे कुतार आकड़ा कसूर मंदा है सदा नहीं रहना इस जगह अंदर वाह 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 जी वाह 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 समझ भी आई कि वाह वाह
ਜਿਨ੍ਹਾਂ ਵੇਖੀ ਉਹਨਾਂ ਨਾਲ ਸਮਝ ਲੱਗ ਗਈ ਹੋਈ ਜਿਹਨੂੰ ਲੱਗ ਗਈ ਭਾਈ ਵਾਹ ਵਾਹ ਭਾਈ ਆਉਂ ਜਾ ਰਾਹ 'ਚ ਰੁਕੇ ਜੇ ਪੈਟਰੋਲ ਪਵਾਉਣ ਲੱਗੇ ਗੱਡੀ 'ਚ ਟੈਂਕੀ ਫੁੱਲ ਕਰਾ ਕੇ ਜਾਂਦੇ ਹਾਂ ਫੁੱਲ ਕਰਾ ਭਾਈ ਫੁੱਲ ਨਹੀਂ ਹੋਈ ਉਹ ਟ੍ਰਿਕ ਕੀਤੀ ਹੈ ਨਾ ਭਾਈ ਆ 11,580 ਦਾ ਤੇਲ ਪੈ ਗਿਆ 43 ਲੀਟਰ ਰਾਣੀ ਭੁੱਖੀ ਬੜੀ ਰਾਣੀ ਸਾਡੇ ਭੁੱਖੀ ਬੜੀ ਹੈ ਭਾਈ ਆ ਕਰਨਾ ਕੀ ਹੈ ਹੁਣ ਜੀ ਜਰਾ ਲੈ ਗਈ ਆ ਤੇ ਲੱਗ ਗਈ ਸਿਰ ਭਾਈ ਆ ਸਿਆਲਕੋਟ ਏਅਰਪੋਰਟ 'ਤੇ ਸਿਪਰ ਗਏ ਹਾਂ ਅਤੇ ਹੁਣ ਜਿਹੜਾ ਨਾ ਗੱਡੀ ਲਾਉਂਦੇ ਹਾਂ ਰਾਣੀ ਲਾਉਂਦੇ ਹਾਂ ਕਿਤੇ ਪਾਰਕਿੰਗ 'ਚ ਫਿਰ ਜਾ ਕੇ ਕਿਤੇ ਏਅਰਪੋਰਟ ਵੇਹਨੇ ਹਾਂ ਅਸੀਂ ਬੰਦਿਆਂ ਨੂੰ ਪੈਸੇ ਤਾਂ ਮੈਂ ਬਥੇਰੇ ਦਿੱਤੇ ਹਨ ਮੈਂ ਕਿਹਾ ਸੋਹਣਾ ਕਰਕੇ ਬਣਾਇਓ ਹੁਣ ਜਾ ਕੇ ਵੇਖਦੇ ਹਾਂ ਕੀ ਕੀਤਾ ਉਹਨੇ ਜਾਬੀ ਤਾਂ ਨਹੀਂ ਮਾਰ ਚੜਿਆ ਭਾਈ ਯਾਰ ਰਾਣੀ ਇੱਥੇ ਖਿਲਾਰ ਦਿੱਤੀ ਹੈ ਚੋਏ ਯਾਰ ਜ਼ਿੰਦਗੀ 'ਚ ਪਹਿਲੀ ਵਾਰੀ ਨੀਲਾ ਗੁਜਾਦ ਵੇਖਣਾ ਇੱਥੇ ਤਾਂ ਸਾਹਮਣੇ ਖਲੋਤਾ ਹੈ ਲਾਹੌਰ ਏਅਰਪੋਰਟ 'ਚ ਗਏ ਹਾਂ ਉੱਥੇ ਬੜੀ ਦੂਰ ਹੁੰਦਾ ਵੇਖੋ ਇਹ ਤਾਂ ਬਿਲਕੁਲ ਸਾਹਮਣੇ ਖਿਲਾ ਰਿਹਾ ਹੈ ਅਸਲ ਵਿੱਚ ਨਾ ਅੱਗੇ ਪਿੱਛੇ ਜ਼ਰਾ ਓਲੇ ਹੁੰਦਾ ਤੇ ਮੈਂ ਆਉਣ ਡਿਆ ਹਾਂ ਨਾ ਤੇ ਮੈਂ ਫਿਰ ਕਾਲ ਕੀਤੀ ਸਪੈਸ਼ਲ ਤੇ ਮੇਰੇ ਵਾਸਤੇ ਨਾ ਫਿਰ ਜ਼ਰਾ ਸਾਹਮਣੇ ਲਾਇਆ ਪੈਸੇ ਪੂਸੇ ਬਥੇਰੇ ਬਥੇਰੇ ਦਿੱਤੇ ਨੇ ਜਹਾਜ਼ ਜੂਜ਼ ਮੇਰੇ ਪੈਸਿਆਂ ਦੇ ਨਾਲ ਖਰੀਦੇ ਨੇ ਬਸ ਹੁਣ ਜ਼ਰਾ ਨਾ ਵੇਖਿਆ ਮੈਂ ਆਪੀ ਨਹੀਂ ਆਇਆ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਯਾਰ ਇੰਨਾ ਪੈਸਾ ਫਿਰ ਉਹ ਕਿਤੇ ਕਿਤੇ ਮੈਂ ਫਿਰਾਂ ਹੈ ਬਾਈ ਕੀ ਖਿਆਲ ਐਸੇ ਹੀ ਹੈ ਐਸੇ ਹੀ ਹੈ ਬਿਲਕੁਲ ਵੱਡੀ ਵੱਡੀ ਛੱਡੋ ਵੱਡੀ ਵੱਡੀ ਛੱਡ ਹਾਂਜੀ ਇਹ ਵੇਖੋ ਮੇਰੇ ਵਾਸਤੇ ਸਪੈਸ਼ਲ ਗੱਡੀ ਲੈ ਕੇ ਆਉਣ ਦੇ ਬਹਿਣ ਵਾਸਤੇ ਪਰ ਮੈਂ ਤੁਰਦਿਆਂ ਜਾਵਾਂਗਾ ਵਾਕ ਹੋਣੀ ਚਾਹੀਦੀ ਆ ਥੋੜ੍ਹੀ ਜਿਹੀ ਅੱਜ ਬਸ ਚੈੱਕ ਕਰੋ ਤੁਸੀਂ ਇੱਥੇ ਗੱਡੀਆਂ ਬੇਬਾਹ ਖਲੋਤੀਆਂ ਨੇ ਪਰ ਲੈਵਲ ਆਪਣੀ ਰਾਣੀ ਦਾ ਹੈ ਆਏ ਹਾਏ ਹਾਏ ਉਹਦੀ ਵੱਡੀ ਗੱਪ ਤਾਂ ਨਹੀਂ ਹੋ ਗਈ ਉੱਧਰ ਜਹਾਜ਼ ਵੇਖੋ ਉੜਾ ਹੋਏ ਜਹਾਜ਼ ਵੇਖੇ ਕਦੀ ਪਹਿਲੀ ਵਾਰੀ ਵੇਖ ਲੈ ਫਿਰ ਅੱਜ ਮੈਂ ਤੈਨੂੰ ਬਾਅਦ ਤਾਂ ਜ਼ਾਲਮਾ ਉਹਨਾਂ ਨੂੰ ਅੱਜ ਮੈਂ ਕਾਲ ਨਾ ਕਰਦਾ ਉਹਨਾਂ ਪਰਾਂ ਖਿਲਾਰਨਾ ਸੀ ਭਾਈ ਯਾਰ ਜਹਾਜ਼ ਬਾਅਦ 'ਚ ਵੇਖਣ ਜਾਵਾਂ ਲਾਗੇ ਖਲੋ ਕੇ ਸੈਲਫੀਆਂ ਸੁਲਫੀਆਂ ਲਾਂਗੇ ਪਰ ਫਿਲਹਾਲ ਮੇਰੇ ਕੋਲ ਟਾਈਮ ਨਹੀਂ ਹੈ ਫਿਲਹਾਲ ਜਾਣਾ ਮੇਰੀ ਮੀਟਿੰਗ ਹੈ ਇੱਕ ਬੰਦੇ ਨਾਲ ਵੱਡੇ ਨਾਲ ਤੂੰ ਉਹਦੇ ਕੋਲ ਚੱਲਾਂ ਵਾਂ ਦੰਦ ਕੀ ਕੱਢਣ ਡਿਆ ਹੈ ਮੀਟਿੰਗ ਅਟੈਂਡ ਕਰਨ ਚੱਲਾਂ ਬਾਅਦ 'ਚ ਫਿਰ ਜਾਵਾਂਗੇ ਨਾ ਉੱਥੇ ਜਹਾਜ਼ ਦੇਖੋ ਤੁਹਾਨੂੰ ਜਾ ਕੇ ਵਹਾਵਾਂਗਾ ਜਹਾਜ਼ ਵਿੱਚ ਫਿਰ ਫੁਲਕੇ ਸਭ ਕੁਝ ਤੁਹਾਨੂੰ ਚੈੱਕ ਕਰਾਵਾਂਗਾ ਇਹੀ ਸਮਝੋ ਮੇਰੀ ਆਪਣੀ ਰਾਣੀ ਵਰਗਾ ਜਹਾਜ਼ ਹੈ ਟੈਂਸ਼ਨ ਨਾ ਲਓ ਫਿਲਹਾਲ ਜਰਾ ਮੈਂ ਥੋੜ੍ਹਾ ਜਿਹਾ ਕੰਮ ਹੈ ਉਹ ਕਰ ਲਾਂ ਕੀ ਹਾਲ ਚਾਲ ਜੀ ਹਾਂ ਜੀ ਕੰਮ ਠੀਕ ਜਿਹੜਾ ਪਹਿਲਾਂ ਕੰਮ ਫਿਰ ਕੰਮ ਹਾਂ ਸਪੈਸ਼ਲ ਤਾਂ ਮੈਂ ਮੀਟਿੰਗ ਵਾਸਤੇ ਆਇਆ ਹਾਂ ਨਾ ਯਾਰ ਐਸੇ ਵਾਰ ਤੂੰ ਜਾਣਾ ਮੈਂ ਆਪਣੇ ਰਾਣੀ 'ਚ ਨਹੀਂ ਬਾਹਰ ਹੁੰਦਾ ਮੈਂ ਕਿਸੇ ਨੂੰ ਦੱਸਦਾ ਐਸੇ ਵਾਰ ਤੂੰ ਨਹੀਂ ਹੁਣ ਜੇ ਮੈਂ ਆਇਆ ਵਾਂ ਵਾਮ ਨੂੰ ਪਤਾ ਲੱਗ ਗਿਆ ਕਿਤੇ ਖਬਰ ਲੀਕ ਹੋ ਗਈ ਜਾ ਕਰੋ ਕਿੰਨੀ ਵਾਮ ਆ ਗਿਆ ਇੱਥੇ ਲੋਕ ਜੀ ਹੁਣ ਮੈਂ ਕਿਤੇ ਕਿਤੇ ਨਾ ਮਿਲਾਂ ਯਾਰ ਇੰਨੀਆਂ ਸੈਲਫੀਆਂ ਮੈਂ ਵੇਲਾਂ ਕੋਈ ਹੈ ਬਾਈ ਗੰਦ ਨਾ ਕੱਢ ਯਾਰ ਮੈਨੂੰ ਥੋੜ੍ਹਾ ਜਿਹਾ ਹੋਰ ਵੀ ਕੋਈ ਕੰਮ ਹੁੰਦਾ ਛੱਡਿਆ ਕਰੋ ਤੁਸੀਂ ਵੀ ਜਾਣ ਹੁਣ ਇੰਨੇ ਬੰਦੇ ਮੈਂ ਕਿ ਇੱਕ ਇੱਕ ਸੈਲਫੀ ਲੈਂਦੇ ਸਾਰਾ ਰਾਤ ਪੈ ਜਾਣੀ ਮੈਂ ਹੋ ਕੇ ਸਾਈਡ ਜਾ ਕੇ ਬੈਠਾ ਵਾਂ ਭਾਈ ਆ ਇਹ ਸਾਹਮਣੇ ਜਹਾਜ਼ ਦੇ ਤਾਂ ਚੁੰਗਾ ਵੱਡਾ ਜੇ ਉਹ ਕਡੋਲ ਮਾਏ ਹੁਣ ਦੱਸ ਆਵਾਜ਼ ਪਈ ਨਾ ਪਿੱਛੋਂ ਤੈਨੂੰ ਲੱਗਦਾ ਮੈਂ ਝੂਠ ਮਾਰਨਾ ਵਾਂ ਤੈਨੂੰ ਪਤਾ ਹੀ ਨਹੀਂ ਆਪਣਾ ਜੇ ਪਿੱਛੋਂ ਸਾਰੀ ਵਾਂ ਆਵਾਜ਼ਾਂ ਮਾਰਨ ਦੀ ਮੈਂ ਸੁਣਨੀ ਕੀ ਇਹਦੀ ਐਟੀਟਿਊਡ ਐਟੀਟਿਊਡ ਬੁਆਏ ਐਟੀਟਿਊਡ ਬੁਆਏ ਪੜਾ ਉਹ ਜਹਾਜ਼ ਤੇ ਵੇਖਣ ਦੇ ਉਹ ਤੇਰੀ ਖੈਰ ਇੰਨੀ ਲਾਗੂ ਸਹੀ ਗੱਲ ਹੈ ਪਹਿਲੀ ਵਾਰੀ ਮੈਂ ਜਹਾਜ਼ ਵੇਖਣ ਡਿਆ ਇੰਨੀ ਨਜ਼ਦੀਕ ਤੋਂ ਯਾਰ ਮਜ਼ਾਕ ਛੱਡੋ ਵਾਕਈ ਉਂਝ ਹੋਇਆ ਚੰਗੀ ਬਲਾ ਆ ਜੇ ਬਵਾਂਗੇ ਆਪੀ ਵੀ ਇਨਸ਼ਾਲਾ ਜਿਹੜਾ ਕਿਤੇ ਲਾਉਂਦੇ ਹਾਂ ਕਿਤੇ ਚੱਕਰ ਬਾਹਰ ਦਾ ਨਾ ਵਿਆਹ ਕਰਾ ਕੇ ਬਾਅਦ 'ਚ ਲਾਵਾਂਗੇ ਅਸੀਂ ਪਹਿਲਾਂ ਪੈਸੇ ਲਾ ਰਹੇ ਅਤੇ ਅੱਬੋ ਰਾਣੇ ਫਿਰ ਵਿਆਹ ਲੇਟ ਕਰ ਚੜ੍ਹਨਾ ਇਸ ਵਾਰ ਜ਼ਰਾ ਮੈਂ ਚੋਪਾਂ ਠੀਕ ਹੈ ਆਵਾਮ ਜਿਹੜਾ ਨਾ ਵਾਹਵਾ ਆ ਗਈ ਸੀ ਮਿਲਣ ਵਾਸਤੇ ਅਤੇ ਉਹ ਫਿਰ ਉਹ ਡਰ ਦੇ ਨਾਲ ਨਾ ਜ਼ਰਾ ਵਾਸ਼ਰੂਮ ਆਏ ਉਹ ਏਅਰਪੋਰਟ ਦੇ ਵਾਸ਼ਰੂਮ ਦੇ ਸਾਹਮਣੇ ਵੀ ਏਡੀ ਸਾਫ਼ ਜਗ੍ਹਾ ਬੰਦਾ ਬਹਿ ਹੀ ਜਾਂਦਾ ਆਏ ਇੱਥੋਂ ਸਹੀ ਹਿਸਾਬ ਲੱਭਦਾ ਜੀ ਓਏ ਜਹਾਜ਼ ਵੇਖੋ ਕਿੱਡਾ ਵੱਡਾ ਅਤੇ ਅੱਗੇ ਜਰਾ ਪੈਲਟ 'ਤੇ ਵੇਖਣ ਵਾਲੀ ਜਗ੍ਹਾ ਵੇਖੋ ਕਿੰਨੀ ਕੁ ਹੈ ਬਸ ਹੈਂ ਯਹੀ ਸੋਚਣੇ ਵਾਲੀ ਬਾਤ ਹੈ ਸੋਚਣ ਵਾਲੀ ਗੱਲ ਹੈ ਨਾ ਬੱਸ ਦੇ ਤਾਂ ਸ਼ੀਸ਼ੇ ਹੁੰਦੇ ਨੇ ਪਿੱਛੇ ਵੇਖਣ ਵਾਸਤੇ ਇਹਦੇ ਸ਼ੀਸ਼ੇ ਨਹੀਂ ਆ ਪਿੱਛੇ ਵੇਖਣ ਵਾਸਤੇ ਭਾਈ ਆ ਹਜੇ ਹੁਣ ਜਿਹੜਾ ਨਾ ਇੱਕ ਜਹਾਜ਼ ਉਤਰਿਆ ਜੇ ਉਹ ਪਰਾਂ ਨੂੰ ਇੱਧਰੋਂ ਇੰਜ ਲੱਥਾ ਅਤੇ ਹੁਣ ਉਹ ਉੱਧਰੋਂ ਗਿਆ ਪਰਾਂ ਨੂੰ ਗੇੜਾ ਖਾ ਕੇ ਆਏਗਾ ਉੱਧਰੋਂ ਸੋਹਣਾ ਨਹੀਂ ਹੋ ਗਿਆ ਮੈਂ ਕੀ ਖਿਆਲ ਹੈ ਹੈ ਕਿੱਥੇ ਵੇ ਉਹ ਆ ਗਿਆ ਓਏ ਓਏ ਭਾਈ ਆ ਇਹ ਤੇ ਸਾਹਮਣੇ ਜਹਾਜ਼ ਆਉਣ ਡਿਆ ਅੰਦਰ ਨਹੀਂ ਜਾਣ ਦਿੰਦੇ ਅੰਦਰ ਸੀਟਾਂ ਵੇਖ ਕੇ ਆਉਂਦਾ ਉਹ ਜਾ ਕਹਿਣਾ ਬੱਸ ਆ ਉਹ ਸਾਹਮਣੇ ਜਹਾਜ਼ ਜਾਣ ਡਿਆ ਭਾਈ ਆ ਇੱਥੇ ਖਲੋ ਕੇ ਹੁਣ ਜਾਣਾ ਮੈਂ ਇੰਡੀ ਕਰਨ ਡਿਆ ਆਉਂਦਾ ਫਿਰ ਲਾ ਕੇ ਚੱਲਦੇ ਹੁਣ ਆਉਣ ਹੀ ਵਾਲਾ ਭਾਈ ਆ ਇੱਥੇ ਜਾਣਾ ਸਬਸਕ੍ਰਾਈਬਰ ਮਿਲ ਗਏ ਜੇ ਤਿੰਨੇ ਭਰਾ ਹੋ ਨਾ
ਪਾਜਾ ਵਾਵਾ ਚੇਰੀ ਹੋ ਗਿਆ ਕੋਈ ਹੋਣ ਨਹੀਂ ਡਿਆ ਤੂੰ ਚਾਚਾ ਵੇਖ ਆਪਣਾ ਧਿਆਨ ਰੱਖ ਉਧਰ ਲੰਘਣਾ ਨਹੀਂ ਚਾਹੀਦਾ ਜੇ ਨਾ ਤੇਰਾ ਚਾਚਾ ਕਿਸੇ ਹੋਰ ਨੂੰ ਬਿਠਾ ਕੇ ਲੈ ਜਾਣਾ ਖਾਲੀ ਹੱਥ ਨਹੀਂ ਜਾਣਾ ਪਛਾਣ ਵੀ ਲੈ ਘੰਟਾ ਹੋ ਗਿਆ ਕੋਈ ਇੱਕ ਨੂੰ ਵੀ ਤੂੰ ਕਿਹਾ ਹੋਣਾ ਚਾਚਾ ਅੱਛਾ ਆਇਆ ਹੀ ਨਹੀਂ ਜਲਦੀ ਜਲਦੀ ਪਛਾਣ ਪਾਏ ਤੁਰ ਗਿਆ ਵਿਚਾਰਾ ਜਾਇ ਹੋ ਗਿਆ ਮਾਮੂ ਗਿਆ ਹੀ ਜਲਦੀ ਲੱਭ ਕੇ ਲਿਆ ਚਾਚਾ ਲੱਭ ਕੇ ਲਿਆ ਤੇਰਾ ਚਾਚਾ ਲੇਟ ਕੋਈ ਹੋਰ ਹੀ ਫੜ ਲੈ ਨਹੀਂ ਲੱਭਾ ਉਹ ਕਿਸੇ ਹੋਰ ਚਾਚਾ ਹੀ ਫੜ ਲਾ ਤੂੰ ਤੇਰਾ ਨਹੀਂ ਲੱਭਣਾ ਅੱਜ ਗੱਲ ਸੁਣ ਤੇਰਾ ਚਾਚਾ ਆਏਗਾ ਨਾ ਕੰਚ ਦੰਦੀ ਫੜਦੀ ਜੋੜ ਦੀ ਕਈ ਪ੍ਰੈਂਕ ਹੋ ਗਿਆ ਪ੍ਰੈਂਕ ਹੋ ਗਿਆ गर्मी च खलोते होने नहीं डिया यार ओनू जहाज दे एंड च नौकर च बिठाया होना ओना भी समान नहीं पाता ओ भावे अपना बैग ना लभदा होए भाई रोन डिया कोई लैन नहीं आया लभ जल्दी गल तेन खुशी नहीं है जल्दी लै गया जल्दी चाचा लाभ अपना टिकट आज दी ना वे लो मनु नी लगन डेया सारा जहाज निकला बहर साडा जवान नहीं होन डेया अबू हरी कुट दे अब्दुल्ला नू अगे ला गए ने कहंदे ने बेगा आया कि नहीं मजाल जे साडे वाला मुंडा निकलिया होए बाहर ते ओ सारी आवाज तुर गई है साडा मुंडा नहीं आउण डिया ओए कसमे कन्फर्म कर आज टिकट नहीं हुआ है नहीं है सही है यार 5:20 6:30 उधर में चाचा चल वे साडे लगवे ने चाचा चल वे यार वे चाचा चल ओ किसे होण दे भला दी कहियो थोड़ी बात नहीं ओ चाचा मां नहीं हूं मरे ओना दिना भाग ने तू छड़ाई है साडे पिंड वाले दूरी टोर पहचान करदे जे छड गया ਆ ਵੇਖ ਲੋ ਨੂੰ ਬੜਾ ਮੋਰ ਹੈ ਨਹੀਂ ਜੇ ਮੁੜਦਾ ਭਾਜਾ ਹੁਣ ਸਮਾਨ ਜਾ ਰਾਣੀ ਚ ਰੱਖੀਏ ਤੇ ਚੱਲੀਏ ਘਰ ਲੈ ਕੇ ਗੱਲ ਪਤਾ ਕੀ ਹੈ ਤੁਸੀਂ ਬੱਸ ਚ ਬਹਿ ਕੇ ਆਓ ਸਾਡੀਆਂ ਸਵਾਰੀਆਂ ਪੂੜੀਆਂ ਨੇ ਮਿਹਰਬਾਨੀ ਅਸੀਂ ਪੂੜੇ ਆ ਭਾਈ ਪਹਿਲਾਂ ਹੀ ਲੈ ਭਾਈ ਵਾਕਿਓ ਤੂੰ ਵਾਰ ਇਧਰਾ ਮੈਂ ਮਰਨੇ ਚਲੋ ਭਾਈਆ ਸਵਾਰੀ ਅਸੀਂ ਲੈ ਲਈਏ ਤੇ ਹੁਣ ਚੱਲੀਏ ਘਰ ਨੂੰ ਆ ਜਾ ਨਹੀਂ ਡਿਸਕੋ ਓਏ ਹੋਏ ਭਾਈ ਯਾਰ ਟਾਈਮ ਹੋ ਗਿਆ 6:34 ਅਤੇ ਹੁਣ ਜਿਹੜਾ ਚੱਲਿਆ ਫਿਰ ਘਰ ਨੂੰ ਉਹਨੇ ਤੋਂ ਨਿਕਲਣ ਲੱਗਿਆ ਏਅਰਪੋਰਟ 'ਤੇ ਸਵਾਰੀ ਅਸੀਂ ਆਪਣੇ ਲੈ ਲਈਏ ਅੱਗੇ ਹੁਣ ਮੇਰੇ ਨਾਲ ਆ ਵੀ ਬਹਿ ਗਿਆ ਚਿੱਬਰ ਦੇ ਨਾਕ ਵਾਲਾ ਉਹ ਸਿਰ ਵਾਲਾ ਮਾਨੀ ਭਾਈ ਹਾਂਜੀ ਸਫ਼ਰ ਕਿਆ ਸਾ ਰਿਹਾ ਸਫ਼ਰ ਬੜਾ ਸਹੀ ਰਿਹਾ ਨਹੀਂ ਫਿਰ ਵੀ ਜ਼ਲੀਲ ਹੀ ਹੋਏ ਕਿਉਂ ਉਹ ਬਦਲਾਂ 'ਚ ਤੁਰ ਗਿਆ ਆ ਵੇਖੋ ਜੀ ਅਸੀਂ ਪ੍ਰੋਟੋਕੋਲ ਵੱਜ ਦੇਣ ਨਾ ਕਿ ਉੱਡੀ ਕਾਰ ਲਾਈ ਏ ਤੁਹਾਨੂੰ ਪਤਾ ਫਿਰ ਛੋਟੇ ਮੋਟੇ ਸ਼ੌਕ ਨਹੀਂ ਆਪਣੇ ਮੈਂ ਕਿਹਾ ਤੁਹਾਨੂੰ ਸਹੀ ਤਰ੍ਹਾਂ ਪ੍ਰੋਟੋਕੋਲ ਚਾਹੀਦਾ ਜ਼ਰਾ ਫਿਰ ਬੱਸ ਲਾ ਲਈ ਅੱਗੇ ਉੱਡੀ ਭਾਵੇਂ ਬਾਅਦ 'ਚੋਂ ਵੀਡੀਓ ਵੇ ਭਾਵੇਂ ਵੀਡੀਓ ਵੇਖ ਕੇ ਤਾਂ ਮੇਰੇ ਦਿਵਾਲੇ ਹੋਏ ਹੋਏ ਬਾਅਦ 'ਚੋਂ ਭਾਈਆ ਸਾਡੇ ਨਾਲ ਮੁੰਡਾ ਦਾ ਵਿਚਾਰਾ ਦਿਲ ਖਰਾਬ ਹੋਣ ਲੱਗ ਪਿਆ ਸੀ
ਹੁਣ ਵੇਖਿਆ ਰੋਟੀ ਵੀ ਨਹੀਂ ਖਾਣੀ ਇਹ ਦਿਲ ਲੱਗੇ ਖਰਾਬ ਹੋਣ ਡਿਆ ਆ ਜਾ ਕੁਛ ਨਹੀਂ ਹੁੰਦਾ ਭਾਈ ਆ ਅਸੀਂ ਸਿਆਲਕੋਟ ਸ਼ਹਿਰ ਚ ਉੱਪਰ ਗਏ ਆ ਤੇ ਹੁਣ ਇੱਥੇ ਖਲੋਤੇ ਆ ਰਾਜ ਰੋਟੀ ਖਾਣ ਵਾਸਤੇ ਆ ਸਾਹਮਣੇ ਹੋਟਲ ਜੇ ਕੱਲਾ ਮਾਲਾ ਕਾ ਲਾਂਗਾ ਇਹਨਾਂ ਕੋ ਚੱਲੇ ਆ ਭਾਈ ਆ ਹੁਣ ਜਰਾ ਜਾ ਕੇ ਜਰਾ ਅੰਨ ਪਾਰਨੇ ਆ ਜਰਾ ਸੁੱਟਨੇ ਆ ਕੋ 10 12 ਰੋਟੀਆਂ ਉਹ ਭਾਈ ਵੇਖਿਓ ਮੇਰਾ ਤਾਂ ਜੇ ਵਿਆਹ ਵੀ ਨਹੀਂ ਹੋਇਆ ਚਲੋ ਮੇਰੀ ਉਹ ਬੱਕਰੀਓ ਬੈ ਸਰਾ ਮਾਮੂ ਬੈ ਅੱਜ ਤੈਨੂੰ ਵੱਡੇ ਹੋਟਲ ਚ ਰੋਟੀ ਖਵਾਣੀ ਹਾਂਜੀ ਭਾਈ ਆ ਬੋਲੀ ਜਰਾ ਮੈਨੂੰ ਚੈੱਕ ਕਰਨ ਦੇ ਨੇ ਵੀ ਕੀ ਖਾਣਾ ਅੱਜ ਭਾਈ ਆ ਰਾਤਾ ਆ ਗਿਆ ਪਰ ਅਸੀਂ ਰਾਤਾ ਨਹੀਂ ਬਹੁਤਾ ਖਾਣਾ ਆਪਾਂ ਬਹੁਤਾ ਬੱਕਰਾ ਖਾਣਾ ਮਟਨ ਕਰਾਈ ਗੱਲ ਸੁਣੋ ਮੇਰੀ ਵੱਡੇ ਹੋਟਲ ਚ ਆਏ ਹੋਰ ਤੂੰ ਬੋਲੋ ਬਿਸਤੀ ਹੋਣੀ ਆ ਸਰਾ ਜਲਦੀ ਜਲਦੀ ਖਾਓ ਮਾਮੂ ਜੀ ਰੱਜ ਕੇ ਖਾਣਾ ਰੱਜ ਕੇ ਭਾਈ ਆ ਮਟਨ ਕਰਾਈ ਵੀ ਆ ਗਈ ਜੇ ਚਿਕਨ ਕਰਾਈ ਵੀ ਆ ਗਈ ਜੇ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਕਿਤੇ ਕਿਤੇ ਪਾਣੀ 'ਚ ਮੂੰਹ ਆਇਆ ਬਾਕੀ ਹੁਣ ਛੇ ਤੇ ਜਨਰਲ ਵੇਟ ਹੀ ਹੈ ਕੋਈ 8-10 ਰੋਟੀਆਂ ਅਤੇ ਚੱਲੀਏ ਫਿਰ ਕਾਰ ਨੂੰ ਚਾਚਾ ਉਰਦੂ 'ਚ ਪਾਓ ਸ਼ਹਿਰ 'ਚ ਆਏ ਉਰਦੂ 'ਚ ਪਾਓ ਥਾਲੀ 'ਚ ਹਮ ਨਾ ਜ਼ਰਾ ਸ਼ਹਿਰੀਓ ਕੀ ਤਰ੍ਹਾਂ ਥੋੜ੍ਹਾ ਥੋੜ੍ਹਾ ਸਾਲਨ ਡਾਲ ਕੇ ਖਾਏਂਗੇ ਸ਼ਹਿਰੀ ਬਣ ਕੇ ਤੇ ਦਾਲ ਲੱਗ ਗਿਆ ਮੇਰੇ ਨਾਲ ਆ ਪੇਂਡੂ ਠੀਕ ਆ ਭਾਈ ਲੁੱਦੋ ਜਿਹਨਾਂ ਲੱਭਦਾ ਤੁਰਪੋ ਤੁਰਪੋ ਭਾਈ ਯਾਰ ਰੱਜ ਕੇ ਰੋਟੀ ਖਾਣ ਤੋਂ ਬਾਅਦ ਨਾ ਹੁਣ ਚੱਲੇ ਅਸੀਂ ਘਰ ਨੂੰ ਭਾਈ ਆ ਪਿੰਡ ਅਸੀਂ ਉੱਪਰ ਗਏ ਜੇ ਚਲੋ ਉੱਤਰ ਵੀ ਥੱਲੇ ਮੁੰਡਿਆ ਉੱਤਰ ਜ਼ਰਾ ਤੇਰੀ ਟੈਸੀ ਦੀ ਐਸੀ ਚਾਚਾ ਦਾਤਰੀ ਲੈ ਲਈਏ ਦਾਤਰੀ ਫੜੀ ਉਹ ਭਾਈ ਦਾਤਰੀ ਫੜੀ ਭਾਵੇਂ ਸਮਾਨ ਰਾਜੇ ਦਾਤਰੀ ਨਾ ਛੱਡੀ ਭਾਈਆ ਘਰ ਅਸੀਂ ਉੱਪਰ ਗਏ ਜੇ ਅਤੇ ਬਾਕੀ ਜਾਣਾ ਹੁਣ ਸੀ ਰਾਣੀ ਕਰੀਏ ਰਾਜਾ ਬਾਹਰ ਕੱਢੀਏ ਚੱਲੀਏ ਫਿਰ ਡੇਰੇ ਰਾਣੀ ਨੂੰ ਜ਼ਰਾ ਬੁੜੀ ਅੰਦਰ ਕਰਨ ਡੇ ਜੇ ਰਾਜੇ ਨੂੰ ਬਾਹਰ ਕੱਢ ਕੇ ਡੇਰੇ ਵੱਲ ਮੂੰਹ ਕਰਕੇ ਖਿਲਾਰ ਦਿੱਤਾ ਹੁਣ ਰਾਣੀ ਸਿੱਧੀ ਕਰਕੇ ਲਵਾਈਏ ਅਤੇ ਫਿਰ ਚੱਲਦੇ ਹਾਂ ਜ਼ਰਾ ਡੇਰੇ ਰਾਣੀ ਨੂੰ ਵੀ ਸਿੱਧਾ ਪਤਰਾ ਕਰਕੇ ਅੰਦਰ ਲਾ ਦਿੱਤਾ ਏ ਹੁਣ ਚੱਲੀਏ ਡੇਰੇ ਚੱਲੀਏ ਭਾਜ ਡੇਰੇ ਭਾਈ ਆਹ ਸਿਆਲਕੋਟ ਏਅਰਪੋਰਟ 'ਤੇ ਜਿਹੜੀ ਮੀਟਿੰਗ ਸੀ ਉਹ ਵੀ ਜਿਹੜਾ ਅਟੈਂਡ ਕਰ ਲਈ ਅੱਜ ਅਤੇ ਹੁਣ ਜਿਹੜਾ ਮਤਲਬ ਹੁਣ ਵਿਹਲੇ ਹੋ ਗਏ ਹਾਂ ਹੁਣ ਚੱਲੀਏ ਡੇਰੇ ਉਹ ਮੀਟਿੰਗ ਅਟੈਂਡ ਕਰ ਲਈ ਪਰ ਆਪਣੇ ਸਾਡੇ ਕੋਲ ਆਇਆ ਨਹੀਂ ਹਜੇ ਤੱਕ ਸਹੀ ਹੋਇਆ ਰਾਜੇ ਦਾ ਅੰਦਰੋਂ ਲਾ ਖੋਲਦਾ ਹਾਂਜੀ ਮਾਪੀ ਚਲਾਵਾਂ ਤਾਂ ਫਿਰ ਤੂੰ ਚਲਾਏਂਗਾ ਅੱਜ ਮਾਪੀ ਚਲਾਉਣਾ ਯਾਰ ਤੁਸੀਂ ਰੋਟੀ ਰੱਜ ਕੇ ਖਾਧੀ ਏ ਚਲ ਇਹ ਵੀ ਗੱਲ ਠੀਕ ਹੈ ਚਲੋ ਭਾਈ ਆਹ ਜਰਾ ਚੱਲੀਏ ਡੇਰੇ ਸਿੱਧਾ ਰਾਤ ਕੇ ਅੰਧੇਰੇ ਮੇਂ ਹਮ ਡੇਰੇ ਜਾ ਰਹੇ ਹੈ ਭਾਈ ਆ ਡੇਰੇ ਅਸੀਂ ਉੱਪਰ ਗਏ ਹਾਂ ਪਲੇਟਾਂ ਜਿਹੜਾ ਮਿਸਤਰੀਆਂ ਨੂੰ ਆਖਿਆ ਸੀ ਰੱਖ ਜਿਓ ਅਸੀਂ ਆਪੇ ਆ ਕੇ ਲੈ ਜਾਵਾਂਗੇ ਤਾਂ ਪਲੇਟਾਂ ਹੁਣ ਚੁੱਕੀਏ ਜਰਾ ਕਿੱਥੇ ਕਿਸ ਅੰਦਰ ਆ ਗਏ ਨੇ ਪਲੇਟਾਂ ਹੈ ਭਾਈ ਆ ਜਾਓ ਇੱਧਰ ਪਈਆਂ ਨੇ ਅੱਗੇ ਪਿੱਛੇ ਭਾਈ ਅਸੀਂ ਟਾਈਮ ਨਾਲ ਚੁੱਕ ਕੇ ਲੈ ਜਾਂਦੇ ਹਾਂ ਪਰ ਅੱਜ ਲੇਟ ਹੋ ਗਏ ਤਾਂ ਇੱਥੇ ਰਹਿ ਗਏ ਹੁਣ ਅਸੀਂ ਲੈ ਚੱਲੇ ਹਾਂ ਮੈਂ ਤਾਂ ਦੱਸਿਆ ਕਿਤੇ ਚੋਰ ਸਾਹਿਬ ਕਿਤੇ ਰਾਤ ਨੂੰ ਆਖਿਆ ਜਲਣਾ ਨਾ ਹੁੰਦੇ ਰਹਿਣ ਮੈਂ ਉਹਨਾਂ ਵੱਲ ਦੱਸ ਰਿਹਾ ਹਾਂ ਵੀ ਅਸੀਂ ਲੈ ਜਾਂਦੇ ਹਾਂ ਕਿਤੇ ਅਸੀਂ ਉਂਝ ਵੀ ਲੈ ਜਾਂਦੇ ਹਾਂ ਟਾਈਮ ਨਾਲ ਹੀ ਕਿਤੇ ਖੱਜਲ ਨਾ ਹੋਇਓ ਭਈਆ ਇਹ ਸਾਡਾ ਅੱਜ ਦਾ ਮਜ਼ੇਦਾਰ ਜਿਹਾ ਵਲੋਗ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਅੱਲਾ ਹਾਫਿਜ਼ ਨਾਲ ਕਮੈਂਟ ਕਰਕੇ ਦੱਸਿਓ ਵੀ ਮਜ਼ਾ ਆਇਆ ਕਿ ਨਹੀਂ ਆਇਆ